ਬਹੁਤ ਵਧੀਆ ਪੰਜਾਬ ਸਰਕਾਰ ਦਾ ਉਪਰਾਲਾ ਜੀ ਇਹਨਾਂ ਕਿਸਾਨਾਂ ਨੂੰ ਜਾਣਕਾਰੀ ਮਿਲਦੀ ਹੈ ਇੰਟਰਪ੍ਰੀਨਿਓਰ ਨੂੰ ਆਪਦਾ ਡਿਸਪਲੇ ਕਰਨ ਦਾ ਆਪਦੇ ਪ੍ਰੋਡਕਟ ਅਤੇ ਆਪਦੀ ਟੈਕਨੋਲੋਜੀ ਡਿਸਪਲੇ ਕਰਨ ਦਾ ਮੌਕਾ ਮਿਲਦਾ ਹੈ ਫਾਰਮਰ ਦੇ ਰੂਬਰੂ ਅਤੇ ਇਹ ਸ਼ਲਾਘਾਯੋਗ ਕਦਮ ਹੈ ਪੰਜਾਬ ਸਰਕਾਰ ਦਾ ਕੈਪਟਨ ਸਰਕਾਰ ਨੂੰ ਵਧਾਈ ਦੇ ਅਸੀਂ ਵਧਾਈ ਦਿੰਦੇ ਇਸ ਦੇ ਉੱਤੇ ਅਤੇ ਜਿੱਥੋਂ ਤੱਕ ਸਾਡਾ ਸਵਾਲ ਹੈ ਸਾਡੀ ਕੰਪਨੀ ਪੋਲਰ ਜੈਨੇਟਿਕਸ ਇੰਡੀਆ ਪ੍ਰਾਈਵੇਟ ਲਿਮਿਟਡ ਇਹ ਪੂਰੇ ਇੰਡੀਆ ਦੇ ਵਿੱਚ ਜਿਹੜਾ ਬਾਹਰ ਪਿਗਰੀ ਹੋ ਰਹੀ ਹੈ ਪੂਰੇ ਦੁਨੀਆ ਦੇ ਵਿੱਚ ਯੂਰਪ 'ਚ ਕੈਨੇਡਾ ਅਮੈਰੀਕਾ ਉਸੇ ਟੈਕਨੋਲੋਜੀ ਨੂੰ ਕੈਨੇਡਾ ਤੋਂ ਇੰਪੋਰਟ ਕਰਕੇ ਇੱਥੇ ਇੰਡੀਆ ਦੇ ਵਿੱਚ ਇੰਟਰੋਡਿਊਸ ਕੀਤਾ ਸੀ ਸਾਡਾ ਇੱਕ ਯੂਨਿਟ ਲੁਧਿਆਣੇ ਹੈ ਖਾਸੀ ਕਲਾਂ ਇੱਕ ਯੂਨਿਟ ਸਾਡਾ ਹੈਦਰਾਬਾਦ ਹੈ ਤੀਜਾ ਯੂਨਿਟ ਅਸੀਂ ਮਹਾਰਾਸ਼ਟਰਾ ਦੇ ਵਿੱਚ ਅਤੇ ਚੌਥਾ ਅਸੀਂ ਗੁਹਾਟੀ ਆਸਾਮ ਦੇ ਵਿੱਚ ਲਾਉਣ ਜਾ ਰਹੇ ਹਾਂ ਅਤੇ ਅਸੀਂ ਉਹ ਹੀ ਇੱਥੇ ਪੈਦਾ ਕਰ ਰਹੇ ਜਿਹੜਾ ਕੁਆਲਿਟੀ ਪੋਰਕ ਬਾਹਰੋਂ ਇੰਪੋਰਟ ਹੋ ਕੇ ਆਉਂਦਾ ਅਤੇ ਅਸੀਂ ਕਿਸਾਨ ਵੀਰਾਂ ਨੂੰ ਵੀ ਇੱਥੇ ਮੇਲੇ 'ਚ ਬੇਨਤੀ ਕੀਤੀ ਹੈ ਕਿ ਜਿਹੜੇ ਲੋਕ ਹੋਟਲ ਵੇਸਟ 'ਤੇ ਜਾਂ ਗੰਦ ਮੰਦ ਨਾਲ ਪਿਗਰੀ ਕਰ ਰਹੇ ਆ ਜਿਹਦਾ ਕੋਈ ਇੰਟਰਨੈਸ਼ਨਲ ਲੈਵਲ 'ਤੇ ਸਿਗਨੀਫਿਕੈਂਸ ਨਹੀਂ ਹੈ ਵੀ ਉਹ ਫੀਡ 'ਤੇ ਵਧੀਆ ਐਨੀਮਲ ਖਰੀਦਣ ਜੈਨੇਟਿਕਲੀ ਵਧੀਆ ਐਨੀਮਲ ਹੋਣ ਅਤੇ ਉਹਨਾਂ ਨੂੰ ਵਧੀਆ ਫੀਡ 'ਤੇ ਪਾਲਣ ਤਾਂ ਕਿ ਉਹਨਾਂ ਦਾ ਐਨੀਮਲ ਮਾਰਕੀਟ 'ਚ ਵੇਚ ਸਕੇ ਹੁਣ 5 ਸਟਾਰ ਦੇ ਵਿੱਚ ਜਾਂ ਇੰਟਰਨੈਸ਼ਨਲ ਫੂਡ ਚੇਨ ਦੇ ਵਿੱਚ ਪੋਰਕ ਖਾਣ ਲਈ ਬਾਹਰੋਂ ਇੰਪੋਰਟ ਹੋ ਕੇ ਆਉਂਦਾ ਅਤੇ ਈਵਨ ਪੰਜਾਬ ਦੇ ਵਿੱਚ ਹੀ 400 ਪਿਗਰੀ ਫਾਰਮਰ ਹੈ ਅਤੇ ਫਿਰ ਲੋਕ ਫਾਰਮਰ ਕਹਿੰਦੇ ਕਿ ਮਾਰਕੀਟਿੰਗ ਦੀ ਸਮੱਸਿਆ ਹੈ ਜਦੋਂ ਸਾਡੇ ਕੋਲ ਕੁਆਲਿਟੀ ਪ੍ਰੋਡਕਟ ਹੀ ਨਹੀਂ ਹੈ ਤਾਂ ਉਹਨੂੰ ਵੇਚਾਂਗੇ ਕਿੱਦਾਂ ਅਸੀਂ ਕੈਪਟਨ ਸਾਹਿਬ ਨੂੰ ਵੀ ਬੇਨਤੀ ਕੀਤੀ ਹੈ ਕਿ ਸਾਨੂੰ ਸਟੇਟ ਦੇ ਵਿੱਚ ਸਲੋਟਰ ਹਾਊਸ ਚਾਹੀਦਾ ਕੁਆਲਿਟੀ ਪ੍ਰੋਸੈਸਿੰਗ ਪਲਾਂਟ ਚਾਹੀਦਾ ਪ੍ਰੋਸੈਸਿੰਗ ਪਲਾਂਟ ਲਈ ਅਸੀਂ ਵਚਨਬੱਧ ਹਾਂ ਅਸੀਂ ਪੰਜਾਬ ਸਰਕਾਰ ਸਟੇਟ ਦੇ ਵਿੱਚ ਲਾਵਾਂਗੇ ਲੇਕਿਨ ਸਾਨੂੰ ਸਲੋਟਰ ਹਾਊਸ ਦੀ ਹੈਲਪ ਸਰਕਾਰ ਵੱਲੋਂ ਚਾਹੀਦੀ ਹੈ ਅਤੇ ਕੈਪਟਨ ਸਾਹਿਬ ਨੇ ਸਾਨੂੰ ਕਮਿਟ ਵੀ ਕੀਤਾ ਹੈ ਕਿ ਸਰਕਾਰ ਜਲਦੀ ਤੋਂ ਜਲਦੀ ਪਿੱਗ ਦਾ ਸਲੋਟਰ ਹਾਊਸ ਪੰਜਾਬ ਦੇ ਵਿੱਚ ਲਾ ਕੇ ਦੇਵੇ ਅਤੇ ਅਸੀਂ ਕੈਪਟਨ ਸਾਹਿਬ ਦਾ ਥੈਂਕ ਯੂ ਕਰਦੇ ਹਾਂ ਪੰਜਾਬ ਦੀ ਬਿਊਰੋਕਰੇਸੀ ਦਾ ਥੈਂਕ ਯੂ ਕਰਦੇ ਹਾਂ ਪੰਜਾਬ ਦੇ ਫਾਰਮਰ ਦਾ ਥੈਂਕ ਯੂ ਕਰਦੇ ਹਾਂ ਧੰਨਵਾਦ आप हमारे चैनल को सब्सक्राइब करें लाइक करें और शेयर करें और कमेंट जरूर करें।